ਮੈਂ ਹਾਂ ਮਨਦੀਪ ਕੌਰ ਸੰਧੂ ਇਸ ਵੇਲੇ ਦੀ ਵੱਡੀ ਖਬਰ ਦੱਸਣ ਜਾ ਰਿਹਾ ਕਿ ਰਾਤੋਂ ਰਾਤ ਹੀ ਪੰਜਾਬ ਦੇ ਡੀਜੀਪੀ ਨੂੰ ਬਦਲ ਦਿੱਤਾ ਗਿਆ ਹੈ ਸਦਾਰਥ ਚਟੋ ਪਾਧਿਆਏ ਨੂੰ ਜਿਹੜਾ ਨਵਾਂ ਡੀਜੀਪੀ ਤਾਇਨਾਤ ਕੀਤਾ ਗਿਆ ਸੋ ਪਹਿਲਾਂ ਇਕਬਾਲ ਪ੍ਰੀਤ ਸਹੋਤਾ ਸੀ ਜੋ ਕਿ ਚਰਨਜੀਤ ਚੰਨੀ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜਿਹੜਾ ਸੀ ਉਹਨਾਂ ਨੂੰ ਤਾਇਨਾਤ ਕੀਤਾ ਗਿਆ ਸੀ ਡਿਊਟੀ ਤੇ ਔਰ ਸਾਰਿਆਂ ਦੀ ਸਹਿਮਤੀ ਦੇ ਨਾਲ ਹੀ ਇਕਬਾਲ ਪ੍ਰੀਤ ਸਹੋਤਾ ਦੀ ਜਿਹੜੀ ਸੀ ਨਿਯੁਕਤੀ ਹੋਈ ਸੀ ਡੀਜੀਪੀ ਉਹਨਾਂ ਨੂੰ ਬਣਾਇਆ ਗਿਆ ਸੀ ਪਰ ਸਿੱਧੂ ਨੂੰ ਮਨਜ਼ੂਰ ਨਹੀਂ ਸੀ ਔਰ ਫਿਰ ਤੋਂ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਇੱਕ ਵਾਰ ਚੱਲੀ ਹੈ ਨਵਜੋਤ ਸਿੰਘ ਸਿੱਧੂ ਦੇ ਕਹਿਣ ਤੇ ਹੀ ਜਿਹੜਾ ਨਵੇਂ ਡੀਜੀਪੀ ਨੂੰ ਹੌਨਰਸ ਦਾਰਥ ਚਟੋ ਪਾਧਾਈ ਨੂੰ ਲਗਾਇਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਹੁਣ ਨਵੇਂ ਡੀਜੀਪੀ ਦੀ ਜੜੀ ਕਮਾਨ ਹੈ ਇਹ ਪੰਜਾਬ ਦਾ ਨਵਾਂ ਡੀਜੀਪੀ ਜਿਹੜਾ ਸਰਦਾਰth ਚਟੋਪਾਧਿਆਏ ਨੂੰ ਬਣਾਇਆ ਗਿਆ ਹੈ ਰਾਤੋਂ ਰਾਤ ਹੀ ਜਿਹੜੇ ਨੇ ਡੀਜੀਪੀ ਬਦਲਤਾ ਗਿਆ ਹੈ ਚੰਨੀ ਸਰਕਾਰ ਦੇ ਵਿੱਚ ਜਿਹੜਾ ਇੱਕ ਹਲਚਲ ਪੈਦਾ ਖੁਦੀ ਦਿਖਾਈ ਦੇ ਰਹੀ ਹੈ ਜਿਸ ਤਰੀਕੇ ਨਾਲ ਹੁਣ ਵਿਧਾਨ ਸਭਾ ਚੋਣਾਂ ਬਿਲਕੁਲ ਨਜ਼ਦੀਕ ਆ ਰਹੀਆਂ ਨੇ ਹਾਈ ਕਮਾਂਡ ਵੀ ਨਵਜੋਤ ਸਿੱਧੂ ਦੀ ਹਰ ਗੱਲ ਮੰਨਨ ਨੂੰ ਤਿਆਰ ਹੋਈ ਬੈਠੀ ਹੈ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਚੱਲ ਰਹੇ ਨੇ ਪੰਜਾਬ 'ਚ ਸਰਕਾਰ ਚਲਾਉਣਾ ਚਾਹੁੰਦੇ ਨੇ ਠੀਕ ਉਸ ਤਰ੍ਹਾਂ ਫੈਸਲੇ ਜਿਹੜੇ ਹੁਣ ਲਗਾਤਾਰ ਹੋ ਰਹੇ ਨੇ ਥੋੜੀ ਦੇਰੀ ਨਾਲ ਸਹੀ ਪਰ ਹੋ ਜ਼ਰੂਰ ਰਹਿਨੇ ਪਰ ਇਸੇ ਵਿਚਕਾਰ ਜੇਕਰ ਸੇ ਗੱਲ ਕੀਤੀ ਜਾਵੇ ਤਾਂ ਹੁਣੇ ਨਵੇਂ ਡੀਜੀਪੀ ਸਿਦਾਰਥ ਚਟੋਪਾਧਾਈ ਨੂੰ ਜਿਹੜਾ ਤਾਇਨਾਤ ਕੀਤਾ ਗਿਆ ਹੈ ਪਹਿਲਾਂ ਇਕਬਾਲ ਪ੍ਰਿਤ ਸੋਹਤਾ ਸੀ ਅੱਧੀ ਰਾਤ ਨੂੰ ਬਦਲ ਦਿੱਤਾ ਗਿਆ ਔਰ ਚਟੋਪਾਧਾਈ ਨੂੰ ਸੂਬੇ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਦੱਸ ਦਿੰਦੇ ਆ ਕਿ ਸਿੱਧੂ ਚਾਹੁੰਦੇ ਸੀ ਕਿ ਡੀਜੀਪੀ ਚਟੋਪਾਧਾਈ ਨੂੰ ਬਣਾ ਚਾਹੀਦਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਤੋਂ ਬਾਅਦ ਹੀ ਸਿੱਧੂ ਨੇ ਸੋਹਤਾ ਦੀ ਜਿਹੜੀ ਸੀ Oh. ਜਿਹੜੀ ਕਾਰਜਕਾਰੀ ਜਦੋਂ ਚੁਣਿਆ ਗਿਆ ਸੀਗਾ ਚੰਨੀ ਸਰਕਾਰ ਦੇ ਵੱਲੋਂ ਇਕਬਾਲ ਪ੍ਰੀਤ ਸਹੋਤਾ ਨੂੰ ਉਦੋਂ ਤੋਂ ਹੀ ਇਤਰਾਜ਼ ਜਤਾਇਆ ਸੀ ਕਿ ਨਹੀਂ ਚਾਹੀਦਾ ਤਾਂ ਸਹੋਤਾ ਨੂੰ ਚੰਨੀ ਦਾ ਕਰੀਬੀ ਵੀ ਦੱਸਿਆ ਜਾ ਰਿਹਾ ਦੂਜੇ ਪਾਸੇ ਪਾਸੇ ਜਿਕਰ ਸਹੋਤਾ ਦੀ ਨਿਯੁਕਤੀ ਤੋਂ ਬਾਅਦ ਹੀ ਗੱਲ ਕੀਤੀ ਜਾਵੇ ਤਾਂ ਸਿੱਧੂ ਨੇ ਲਗਾਤਾਰ ਦਬਾਅ ਬਣਾਇਆ ਸੀ ਕਿ ਉਹਨਾਂ ਨੂੰ ਹੁਣ ਸਫਲਤਾ ਜਿਹੜੀ ਹਾਸਲ ਨਹੀਂ ਹੋਣੀ ਹੈ ਦਿਨਕਰ ਗੁਪਤਾ ਦੇ ਛੁੱਟੀ ਤੇ ਜਾਣ ਤੋਂ ਬਾਅਦ ਹੀ ਚੰਨੀ ਸਰਕਾਰ ਨੇ ਇਕਬਾਲ ਪ੍ਰੀਤ ਸਹੋਤਾ ਨੂੰ ਨਵਾਂ ਡੀਜੀਪੀ ਨਿਯੁਕਤ ਕੀਤਾ ਸੀ ਕਾਰਜਕਾਰੀ ਡੀਜੀਪੀ ਨੁਕਤ ਕੀਤਾ ਸੀ ਠੀਕ ਉਸ ਤੋਂ ਬਾਅਦ ਸਿੱਧੂ ਨੇ ਲਗਾਤਾਰ ਇਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਇਹ ਨਹੀਂ ਚਾਹੀਦੇ ਨੇ ਔਰ ਉਸ ਤੋਂ ਬਾਅਦ ਠੀਕ ਜਿਕਰ ਅਸੀਂ ਗੱਲ ਕਰੀਏ ਤਾਂ ਉਸ ਤੋਂ ਬਾਅਦ ਹੁਣ ਪੰਜਾਬ ਦੇ ਡੀਜੀਪੀ ਚਟੋ ਪਾਧਿਆ ਨੂੰ ਜਿਹੜਾ ਸੌਂਧ ਦਿੱਤੇ ਗਏ ਨਵੀਂ ਕਮਾਂ ਉਹਨਾਂ ਦੇ ਹੱਥ ਵਿੱਚ ਆ ਗਈ ਹੈ। ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਤੇ ਦਿਨਕਰ ਗੁਪਤਾ ਖਿਲਾਫ ਕੋਰਚ ਵੀ ਗਏ ਨੇ। ਪੰਜਾਬ ਦੇ ਜਿਹੜੇ ਹੁਣ ਡੀਜੀਪੀ ਬਣੇ ਨੇ ਚਟੋ ਪਾਧਿਆ ਇਹ ਕੋਈ ਇੱਕ ਵਾਤਾ ਨੂੰ ਦੱਸ ਦਿੰਨੀ ਹੈ ਕਿ ਹੈ ਕੌਣ ਹੈ। ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਤੇ ਦਿਨਕਰ ਗੁਪਤਾ ਖਿਲਾਫ ਕੋਰਚ ਵੀ ਜਾ ਚੁੱਕੇ ਨੇ। ਪੰਜਾਬ ਦੇ ਵਿੱਚ ਨਸ਼ਾ ਤਸਕਰੀ ਦੀ ਜਾਂਚ ਲਈ ਵਿਸ਼ੇਸ਼ ਬਣੀ ਜਾਂਚ ਟੀਮ ਦੇ ਮੁਖੀ ਵੀ ਨੇ ਪੰਜਾਬ ਦੇ ਡੀਜੀਪੀ ਚਟੋ पाध्याय 1986 बैच ਦੇ आईपीएस ਅਧਿਕਾਰੀ ਨੇ ਸਦਾਰਥ ਚਟੋ ਪਾਧਿਆਏ ਦਿਨਕਰ ਗੁਪਤਾ ਤੋਂ ਪਹਿਲਾ ਡੀਜੀਪੀ ਬਣਨ ਦਾ ਅਧਿਕਾਰ ਮਿਲਣ ਦੀ ਲਗਾਤਾਰ ਰੰਦੀ ਮੰਗ ਚਲਦੀ ਪਈ ਸੀ ਔਰ ਨਿਯੁਕਤ ਕੀਤੇ ਗਏ ਡੀਜੀਪੀ ਤੋਂ ਸੀਨੀਅਰ ਹੋਣ ਦੀ ਦਲੀਲ ਵੀ ਦਿੱਤੀ ਗਈ ਸੀ ਉਸ ਵੇਲੇ ਜਦੋਂ ਦਿਨਕਰ ਗੁਪਤਾਂ ਚੁਣਿਆ ਗਿਆ ਸੀ ਤਾਂ ਉਸ ਵੇਲੇ ਵੀ ਇਹਨਾਂ ਦਾ ਨਾਮ ਸਭ ਤੋਂ ਪਹਿਲਾਂ ਸਾਹਮਣੇ ਆ ਰਿਹਾ ਸੀ ਕਿ ਚਟੋ ਪਾਧਿਆਏ ਨੂੰ ਜਿਹੜੀ ਜ਼ਿੰਮੇਵਾਰੀ ਜਿਹੜੀ ਸੌਂਪਣੀ ਚਾਹੀਦੀ ਹੈ ਇਸ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਹੈ ਕਿ ਯੂਪੀਐਸਏ ਯੂਨੀਅਨ ਆਫ ਇੰਡੀਆ ਪੰਜਾਬ ਸਰਕਾਰ ਦਿਨਕਰ ਗੁਪਤਾ ਖਿਲਾਫ ਪਾਈ ਗਈ ਸੀ ਪਟੀਸ਼ਨ ਆਰ ਡੀਜੀਪੀ ਮੁਹੰਮਦ ਮੁਸਤਾਫਾ ਤੇ ਸਿਦਾਰਥ ਚਟੋਪਾਧਿਆਏ ਨੇ ਕੈਚ ਵੀ ਦਿੱਤੀ ਸੀ ਚੁਣੌਤੀ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਲੈ ਕੇ ਸਵਾਲ ਚੁੱਕੇ ਗਿਆ ਸੀ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਛੱਡਾ ਖੁਦਕੁਸ਼ੀ ਕੇਸ ਵਿੱਚ ਔਨ ਤੇ ਫਸਾਉਣ ਦੇ ਇਲਜ਼ਾਮ ਵੀ ਲਗਾਏ ਗਿਆ ਸੀ ਔਰ ਹੁਣ ਚਟੋਪਾਧਿਆਏ ਨੂੰ ਜਿਹੜੀ ਜ਼ਿੰਮੇਵਾਰੀ ਹੈ ਉਹ ਸੌਂਪ ਦਿੱਤੀ ਗਈ ਹੈ ਪੰਜਾਬ ਦੇ ਨਵੇਂ ਡੀਜੀਪੀ ਜਿਹੜੀ ਇਹਨੇ ਹੁਣ ਚਟੋਪਾਧਿਆਏ ਹੋਣਗੇ ਪਹਿਲਾਂ ਇਕਬਾਲ ਪ੍ਰੀਤ ਸੋਗੁਤਾ ਸਰ ਔਰ ਉਹਨਾਂ ਦੀ ਥਾਂ ਤੇ ਜਿਹੜਾ ਹੁਣ ਸਦਾਰਥ ਉਹਨਾਂ ਨੂੰ ਜਿਹੜਾ ਨਿਯੁਕਤ ਕੀਤਾ ਗਿਆ ਹੈ ਰਾਤੋਂ ਰਾਤ ਹੀ ਚੰਨੀ ਸਰਕਾਰ ਨੇ ਡੀਜੀਪੀ ਬਦਲ ਦਿੱਤਾ ਇਸਦਾਰਥ ਚਟਪਾਧਿਆ ਨੂੰ ਜਿਹੜੀ ਹੈ ਜ਼ਿੰਮੇਵਾਰੀ ਸੌਂਪੀ ਗਈ ਹੈ ਔਰ ਐਡੀਸ਼ਨਲ ਚਾਰਜ ਵੀ ਸੌਪਿਆ ਗਿਆ ਇਹਨਾਂ ਨੂੰ ਔਰ ਸੋਹਤਾ ਨੂੰ ਡੀਜੀਪੀ ਲਗਾਉਣ ਤੋਂ ਬਾਅਦ ਸਿੱਧੂ ਨੇ ਪਹਿਲਾ ਅਸਤੀਫਾ ਵੀ ਦਿੱਤਾ ਸੀ ਔਰ ਡੀਜੀਪੀ ਵਜੋਂ ਜਿਹੜੀ ਸਿੱਧੂ ਦੀ ਪਹਿਲੀ ਪਸੰਦ ਰਹੇ ਨੇ ਸਦਾਰਥ ਚਟੋਪਾਦਿਆਏ ਔਰ ਸਿੱਧੂ ਦੀ ਫੜ ਤੋਂ ਇੱਕ ਵਾਰ ਜਿਹੜੀ ਹੈ ਮੰਨੀ ਗਈ ਹੈ ਕਹਿ ਸਕਦੇ ਕੋ ਕਿ ਲਗਾਤਾਰ ਸਿੱਧੂ ਆਪਣੀਆਂ ਹੀ ਜਿਹੜੀਆਂ ਗੱਲਾਂ ਨੇ ਉਹ ਚੰਨੀ ਸਰਕਾਰ ਚ ਬਣਾ ਰਹੇ ਹਨ ਹਾਲਾਂਕਿ ਕੱਲ ਸਿੱਧੂ ਦਾ ਭਾਵੇਂ ਬਿਆਨ ਵੀ ਆਉਂਦਾ ਹੈ ਕਿ ਮੇਰੀ ਔਰ ਚੰਨੀ ਦੀ ਜਿਹੜੀ ਜੋੜੀ ਹੈ ਉਹ ਬਲਦਾਂ ਦੀ ਜੋੜੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਰਲ ਕੇ ਜੋ ਫੈਸਲਾ ਲੈਣੇ ਆ ਪਰ ਇਸ ਤਰੀਕੇ ਨਾਲ ਜੋ-ਜੋ ਚੰਨੀ ਫੈਸਲਾ ਲੈਂਦੇ ਨੇ ਉਹ ਸਿੱਧੂ ਨੂੰ ਮਨਜ਼ੂਰ ਨਹੀਂ ਹੁੰਦਾ ਸਿੱਧੂ ਉਹਨਾਂ ਦਾ ਖੋਲ ਕੇ ਵਿਰੋਧ ਵੀ ਕਰਦੇ ਨੇ ਟਵੀਟ ਤੇ ਵੀ ਜਿਹੜਾ ਟਵਾਰ ਕਰਦੇ ਨੇ ਜੰਗ ਜਿਹੜੀ ਤੇਜ਼ ਛੜਦੀ ਹੈ ਔਰ ਠੀਕ ਇਸ ਤੋਂ ਬਾਅਦ ਜੇਕਰ ਤੁਸੀਂ ਗੱਲ ਕਰੀਏ ਤਾਂ ਹੁਣ ਫਿਰ ਇੱਕ ਵਾਰ ਸਿੱਧੂ ਦੀ ਜਿਹੜੀ ਗੱਲ ਹੈ ਉਹ ਫਿਰ ਪੂਰੀ ਹੋ ਗਈ ਹੈ ਸਿੱਧੂ ਦੀ ਜਿਹੜੀ ਮਨਮਾਨੀ ਹੈ ਉਹ ਲਗਾਤਾਰ ਕਾਂਗਰਸ ਚੱਲ ਰਹੀ ਹੈ ਔਰ ਫਿਰ ਤੋਂ ਜਿਹੜਾ ਸਿੱਧੂ ਦੀ ਗੱਲ ਨੂੰ ਮੰਨਦੇ ਹੋਏ ਸਦਾਰਥ ਚੱਟੋ ਪਾਧਿਆਰ ਨੂੰ ਜਿਹੜੀ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਔਰ ਠੀਕ ਇਕਬਾਲ ਪ੍ਰੀਤ ਸੋਹਤ ਨੂੰ ਅੱਧੀ ਰਾਤ ਹੀ ਜਿਹੜਾ ਬਦਲ ਦਿੱਤਾ ਗਿਆ ਉਹਨਾਂ ਦੀ ਕੁਰਸੀ ਤੇ ਸਿੱਧਾ ਸਿਦਾਰਥ ਨੂੰ ਜਿਹੜਾ ਬਿਠਾ ਦਿੱਤਾ ਗਿਆ